ਚੰਗਾ ਇਹ ਹੁੰਦਾ ਕਿ ਹੁਣ ਤਾਂ ਸਾਹਿਬ ਜਿਹੜੀ ਇਹ ਗੱਲ ਹੈ ਸਾਡੇ ਸਾਹਮਣੇ ਕਹਿੰਦੇ ਹੋਰ ਪਿੱਠ ਪਿੱਛੇ ਨੀਤੀ ਕਹਿਣੀ ਚਾਹੀਦੀ। ਜੇ ਅੱਜ ਵੀ ਉਹ ਆਪਣੀ ਇਸ ਗੱਲ ਤੇ ਸਟੈਂਡ ਕਰਦੇ ਵੀ ਸਿੱਖ ਫਾਰ ਜਸਟਿਸ ਨੇ ਕੋਈ ਕੇਸ ਨਹੀਂ ਲੜਿਆ, ਤੇ ਅਸੀਂ ਉਹਦੇ ਚ ਇਹੀ ਕਹਿਣਾ ਚਾਹੁੰਦੇ ਹਾਂ ਹੁਲਕਾ ਸਾਹਿਬ ਨੂੰ ਵੀ ਤੁਸੀਂ ਟੀਵੀ ਲੈ ਲਓ, ਨੈਸ਼ਨਲ ਟੀਵੀ ਆਪਣੀ ਮਰਜ਼ੀ ਦਾ ਸਮਾਂ ਆਪਣੀ ਮਰਜ਼ੀ ਦਾ ਨਿਯੁਕਤ ਕਰ ਲਓ ਤੇ ਸਾਡੇ ਨਾਲ ਆਮਣੇ ਸਾਹਮਣੇ ਬੈਠ ਕੇ ਗੱਲ ਕਰ ਲਓ। 1984 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਕੇਸ ਹੈ ਨਾ ਆਪਣੇ ਸਿੱਖ ਨਸਲਕੁਸ਼ੀ ਦੇ, ਔਰ ਜਿਸ ਨੂੰ ਹੁਲਕਾ ਸਾਹਿਬ ਅੱਜ ਵੀ ਰਾਇਟਸ ਦੱਸਦੇ ਹੈ, ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਵੀ ਜੈਨੋਸਾਈਡ ਪ੍ਰਮਾਣਿਤ ਹੋ ਚੁੱਕਾ ਕਿ ਸਿੱਖ ਨਸਲਕੁਸ਼ੀ ਹੈ। ਪਰ ਜੇ ਤੁਸੀਂ ਉਹਨਾਂ ਦੀ ਲੇਟੈਸਟ ਇੰਟਰਵਿਊ ਦੇਖੋਗੇ ਤੇ ਉਹ ਕਹਿੰਦੇ ਕਿ ਵੀ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰ ਕੀਤੀ ਦੰਗਿਆਂ ਦੇ ਵਿੱਚ, ਦੰਗੇ ਦੱਸਦੇ ਅੱਜ ਵੀ, ਤੇ ਉਹਨਾਂ ਨੂੰ ਮਾੜਾ ਮੋਟਾ ਇਨਸਾਫ਼ ਤੇ ਕਹਿੰਦੇ ਮਿਲਣਾ ਹੀ ਚਾਹੀਦਾ। ਸੋ ਸਵਾਲ ਇਹ ਉੱਠਦਾ ਜੇ 84 ਤੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੇਸ ਲੜਦੇ ਪਏ ਹਾਂ ਤੇ ਵਿਕਟਮਸ ਨੂੰ ਅਸੀਂ ਇਨਸਾਫ਼ ਦਵਾਉਂਦੇ ਹਾਂ, ਕਿਸ ਵਿਕਟਮ ਨੂੰ ਇਨਸਾਫ਼ ਦਵਾਇਆ ਗਿਆ, ਕਿਹੜਾ ਕੇਸ ਲੜਿਆ ਗਿਆ, ਇਹ ਪਿੱਠ ਪਿੱਛੇ ਗੱਲ ਕਰਨ ਦੀ ਬਜਾਏ ਆਪਾਂ ਇੱਕ ਟੀਵੀ ਤੇ ਟਾਈਮ ਲੈ ਲਈਏ ਔਰ ਸਾਰੀ ਸੰਗਤ ਦੇ ਸਾਹਮਣੇ ਆਮਣੇ ਸਾਹਮਣੇ ਬਹਿ ਕੇ ਆਪਾਂ ਗੱਲ ਜ਼ਰੂਰ ਕਰੀਏ। ਸਰਦੇ ਭਾਜੀ ਜਿਹੜੀ ਇਹਨਾਂ ਨੇ ਗੱਲ ਲਿਖੀ ਹੈ ਵੀ ਨਵਕਰਨ ਸਿੰਘ ਨੇ ਕੁਛ ਕੁ ਤਰੀਕਾਂ ਭੁਗਤੀਆਂ, ਇਹ ਬਿਲਕੁਲ ਗਲਤ ਗੱਲ ਹੈ। ਨਵਕਿਰਨ ਸਿੰਘ ਹੋਰਾਂ ਨੇ ਹੀ ਜਿਹੜਾ ਨਸਲਕੁਸ਼ੀ ਦਾ ਚੈਪਟਰ ਹੈ ਉਹ ਸਾਹਮਣੇ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਦੇ ਨਾਲ ਰਲ ਕੇ ਲਿਆਂਦਾ। ਇਹ ਜਿਹੜਿਆਂ ਦੀ ਆਪਾਂ ਗੱਲ ਕਰਦੇ ਪਏ ਹਾਂ ਉਹਨਾਂ ਨੇ ਅੱਜ ਤੱਕ ਕਦੀ ਦਿੱਲੀ ਤੋਂ ਬਾਹਰ ਕਦਮ ਕਰਕੇ ਵੀ ਨਹੀਂ ਰੱਖਿਆ, ਦੇਖਿਆ ਵੀ ਨਹੀਂ ਕਿ ਦਿੱਲੀ ਤੋਂ ਬਾਹਰ ਕਤਲੋਗਾਰਤ ਕਿੰਨੀ ਹੋਈ ਹੈ। ਇਹ ਨਵਕਿਰਨ ਸਿੰਘ ਹੋਰਾਂ ਦੀ ਤੇ ਉਹਨਾਂ ਦੇ ਸਾਥੀਆਂ ਦੀ ਰਬਾਕਾ ਜੌਨਸ ਤੇ ਵਰਿੰਦਾ ਗਰੋਵਰ ਜਿਨ੍ਹਾਂ ਨੇ ਕੇਸ ਲੜੇ ਆ, ਡਾਕੂਮੈਂਟਡ ਹੈ, ਕਿਉਂਕਿ ਕੇਸ ਉਹ ਲੜਦਾ ਜਿਹਦਾ ਨਾਮ ਕੋਰਟ ਦੇ ਵਿੱਚ ਦਾਖਲ ਹੁੰਦਾ ਵੀ ਐਡਵੋਕੇਟ ਕੌਣ ਹੈ। ਇਹ ਨਵਕਿਰਨ ਸਿੰਘ ਤੇ ਸਦਕਾ ਹੈ ਕਿ 20 ਸਟੇਟਾਂ ਦੇ 110 ਸ਼ਹਿਰਾਂ ਦੀ ਜਿਹੜੀ ਆਪਾਂ ਡਾਕੂਮੈਂਟੇਸ਼ਨ ਕੱਢ ਕੇ ਲੈ ਕੇ ਆਉਂਦੇ ਹਾਂ ਤੇ ਅੱਜ ਦੁਨੀਆਂ ਨੂੰ ਦੱਸਦੇ ਹਾਂ ਨਸਲਕੁਸ਼ੀ ਉਹਨਾਂ ਦੀ ਮਿਹਨਤ ਕੀਤੀ ਹੋਈ ਹੈ। ਸੋ ਕਿਸੇ ਦੀ ਮਿਹਨਤ ਕੀਤੀ ਨੂੰ ਬਿਲਕੁਲ ਪਾਣੀ ਫੇਰ ਦੇਣਾ ਤੇ ਕਹਿਣਾ ਜੀ ਕੁਛ ਕੁ ਤਰੀਕਾਂ ਭੁਗਤੀਆਂ ਹੈ, ਇਹ ਤਾਂ ਹੀ ਮੈਂ ਕਹਿੰਦਾ ਵੀ ਪਿੱਠ ਪਿੱਛੇ ਗੱਲਾਂ ਕਰਨ ਦੀ ਬਜਾਏ ਅਸੀਂ ਫੁਲਕਾ ਸਾਹਿਬ ਨੂੰ ਸਹੀ ਹੈ, ਤੁਸੀਂ ਫੁਲਕਾ ਸਾਹਿਬ ਨੂੰ ਕਿਸੇ ਵੀ ਟੀਵੀ ਤੇ ਕਿਸੇ ਮੀਡੀਆ ਤੇ ਨਹੀਂ, ਬਿਲਕੁਲ ਨੈਸ਼ਨਲ ਟੀਵੀ ਤੇ ਆ ਜਾਣ ਔਰ ਸ਼ਰਿਆਂ ਆਮਣੇ ਸਾਹਮਣੇ ਬਹਿ ਕੇ ਗੱਲ ਕਰਨਾ, ਕਿਉਂਕਿ ਇਹ ਹੁਲਕਾ ਸਾਹਿਬ ਦੀ ਦੇਖੋ ਫਿਤਰਤ ਬਣ ਚੁੱਕੀ ਹੈ। ਅਸੀਂ ਕਿਸੇ ਬਾਰੇ ਕਹਿਣਾ ਨਹੀਂ ਚਾਹੁੰਦੇ। ਪਹਿਲਾਂ 1999 ਚ ਬੀਜੇਪੀ ਦੇ ਨਾਲ ਸੀ ਤੇ ਸਰਕਾਰੀ 5 ਸਾਲ ਉੱਥੇ ਅਡੀਸ਼ਨਲ ਐਡਵੋਕੇਟ ਜਨਰਲ ਰਹੇ ਹੈ। ਉਹਨਾਂ ਦਿਨਾਂ ਦੇ ਵਿੱਚ RSS ਦੇ ਜਿਨ੍ਹਾਂ ਦੇ ਵਿੱਚੋਂ ਅਟਲ ਬਿਹਾਰੀ ਵਾਜਪਾਈ ਦਾ ਚੀਫ ਪੋਲਿੰਗ ਏਜੰਟ ਸੀ ਔਰ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰ ਕੀਤੀ, ਕੇਸ ਉਹਨਾਂ ਦੇ ਦਰਜ ਸੀ, ਇਹਨਾਂ ਨੇ ਕੇਸ ਵਾਪਸ ਕਰਾਏ ਔਰ ਉਸ ਤੋਂ ਬਾਅਦ ਫਿਰ ਬਾਦਲ ਦੀ ਬੈਂਡ ਵੈਗਨ ਤੇ ਚੜ ਗਏ। ਅੱਜ ਜੇ ਉਹਨਾਂ ਨੂੰ ਆਮ ਆਦਮੀ ਦਿਸਦੇ ਪਏ ਆ ਤੇ ਆਮ ਆਦਮੀ ਤੇ ਚੜ ਗਏ। 2 ਮਹੀਨੇ ਪਹਿਲਾਂ ਕਹਿੰਦੇ ਸੀ ਮੈਂ ਆਮ ਆਦਮੀ ਛੱਡ ਦਿੱਤੀ ਹੈ ਤੇ ਮੈਂ ਹੁਣ ਸਿਰਫ 84 ਦੀ ਜਿਹੜੀ ਹੈ ਨਸਲਕੁਸ਼ੀ ਹੋਈ ਹੈ ਤੇ ਮੈਂ ਉਹਨਾਂ ਦੇ ਲਈ ਇਨਸਾਫ਼ ਦੀ ਗੱਲ ਕਰਾਂਗਾ। ਸੋ ਇਹ ਗੱਲਾਂ ਸਾਰੀਆਂ ਸਾਰੀਆਂ ਕਲੀਅਰ ਉਦੋਂ ਹੋਣਗੀਆਂ ਜਦੋਂ ਆਮਣੇ ਸਾਹਮਣੇ ਬੈਠਾਂਗੇ। ਹੋਰ ਜਿਹੜੇ ਕੀ ਐਡ ਕਰਨਾ ਚਾਹੁੰਦੇ, ਕਿਉਂਕਿ ਦੇਖੋ ਜਿਹੜੀ ਸਿੱਖਾਂ ਦੇ ਜਸਟਿਸ ਦੀ ਗੱਲ ਹੈ, ਸਿੱਖ ਰੱਖਣ ਦੀ ਗੱਲ ਹੈ ਜਾਂ ਸਿੱਖਾਂ ਲਈ ਖਾਲਸ ਪੰਥ ਵਾਲੀ ਗੱਲ ਹੈ, ਕੋਈ ਵੀ ਇਸ਼ੂ ਹੈਗਾ, ਜੇ ਕੋਈ ਵੀ ਸਿੱਖ ਬਾਹਰ ਬੈਠ ਕੇ ਜਿਹੜੇ ਭਾਰਤ ਦੇ ਜ਼ੁਲਮਾਂ ਦੇ ਸਿਖਾਏ ਹੋਏ ਸਿੱਖ ਨੇ ਉਹਨਾਂ ਨੂੰ ਇਹ ਰੈਡੀਕਲ ਖਿਲਾਫ ਬੋਲਣਾ ਚਾਹੁੰਦੇ ਨੇ ਭਾਜੀ, ਉਹਨਾਂ ਨੂੰ ਇਹ ਟਾਰਗੇਟ ਕਰਦਾ ਤਾਂ ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ? ਇਹ ਦੇਖੋ ਤੁਸੀਂ ਉਹਨਾਂ ਦੀ ਸਟੇਟਮੈਂਟ ਤੇ ਆਪਾਂ ਰਹੀਏ, ਹੁਕਾ ਸਾਹਿਬ ਕਹਿ ਰਹੇ 2 ਤਰੀਕ ਨੂੰ ਟ੍ਰਿਬਿਊਨ ਦੇ ਵਿੱਚ ਟਾਰਗੇਟਡ ਬਾਏ ਰੈਡੀਕਲਸ ਇਨ ਕੈਨੇਡਾ, ਜਿਹੜਾ ਵੀ ਬਾਹਰ ਬੈਠ ਕੇ ਭਾਰਤ ਨੇ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਜਾਂ ਇਨਸਾਫ਼ ਦੀ ਗੱਲ ਕਰਦਾ ਜਾਂ ਆਪਣੇ ਖੁਦ ਮੁਖਤਿਆਰੀ ਦੀ ਗੱਲ ਕਰਦਾ, ਉਹਨੂੰ ਇਹ ਭਾਰਤੀ ਜਿਹੜੇ ਆ ਉਹ ਕੱਟੜਵਾਦੀ ਦੱਸਦੇ ਆ, ਇਹਦਾ ਕੀ ਕਾਰਨ? ਜੇ ਹੁਣ ਬਾਹਰ ਸੱਚ ਦੀ ਕੋਈ ਗੱਲ ਕਰੇ ਤੇ ਜਾਂ ਇਹਨਾਂ ਦੀ ਜਿਹੜੀ ਝੂਠ ਹੈ ਦਾ ਫਰੇਬ ਇਹਨਾਂ ਨੇ ਫੈਲਾਇਆ ਦਾ ਪਿਛਲੇ 30-31 ਸਾਲ ਤੋਂ, ਜੇ ਉਹਦਾ ਸਾਥ ਨਾ ਦਿਓ ਤੇ ਉਹਨੂੰ ਇਹ ਖਾਲਿਸਤਾਨ ਗਰੁੱਪ ਦੱਸਦੇ ਆ। ਸੋ ਇਹ ਗੱਲਾਂ ਦਾ ਜਵਾਬ ਜਿਹੜੇ ਆ ਨਾ ਪਿੱਠ ਪਿੱਛੇ ਨਾ ਹੀ ਲੈਣੇ, ਸਾਹਮਣੇ ਆਮਣੇ ਸਾਹਮਣੇ ਗੱਲ ਹੋਣੀ ਚਾਹੀਦੀ ਹੈ। ਔਰ ਇਹ ਸਾਡਾ ਖੁੱਲ੍ਹਾ ਸੱਦਾ ਹੁਲਕਾ ਸਾਹਿਬ ਨੂੰ ਕਿ ਟੀਵੀ ਚੂਜ਼ ਕਰ ਲੈਣ, ਸਮਾਂ ਚੂਜ਼ ਕਰ ਲੈਣ, ਅਸੀਂ ਜ਼ਰੂਰ ਉੱਥੇ ਆਵਾਂਗੇ ਔਰ ਸਿੱਖ ਸੰਗਤ ਆਪਣੇ ਆਪ ਫੈਸਲਾ ਕਰ ਲਏਗੀ ਸੱਚ ਤੇ ਝੂਠ ਦਾ। ਜਿਹੜਾ ਕਿ ਇਹਨਾਂ ਨੇ ਸਵਾਲ ਕੀਤਾ ਵੀ ਇਹ ਸਿੱਖ ਫਾਰ ਜਸਟਿਸ ਨੂੰ ਪੁੱਛੋ, ਉਹ ਆਪਾਂ ਸ਼ਰੇਆਮ ਇਹਨਾਂ ਨਾਲ ਗੱਲਬਾਤ ਕਰ ਲਾਂਗੇ। ਧੰਨਵਾਦ ਜੀ, ਤੁਸੀਂ ਸਾਨੂੰ ਸਾਡੀ ਗੱਲਬਾਤ ਅੱਜ ਦੀ ਆਵਾਜ਼ ਦੇ ਵਿੱਚ ਗੁਰਪ੍ਰਤ ਸਿੰਘ ਜੀ ਨਾਲ ਸਾਡੀ ਇੱਕ ਵਿਸ਼ੇਸ਼ ਗੱਲਬਾਤ ਹੋ ਰਹੀ ਹੈ। ਦੇਖੋ ਸਾਡਾ ਮਕਸਦ ਜਿਹੜਾ ਹੈਗਾ, ਜਿਹੜਾ ਸਾਡਾ ਮਿਸ਼ਨ ਹੈਗਾ ਉਹ ਹੈ ਸਿੱਖ ਕੌਮ ਦੀ ਆਜ਼ਾਦੀ ਔਰ ਜੋ ਪਿਛਲੇ 1984 ਤੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਔਰ ਜੋ ਪੰਜਾਬ ਦੇ ਵਿੱਚ ਘਕਾਣ ਹੋਇਆ ਕਾਊਂਟਰ ਇੰਸਰਜੈਂਸੀ ਦੇ ਨਾਮ ਤੇ, ਜਿੱਥੇ ਇਹੀ ਪਾਰਟੀਆਂ ਚਾਹੇ ਪਹਿਲਾਂ ਕਾਂਗਰਸ ਸੀ ਜਾਂ ਬੀਜੇਪੀ ਤੇ ਬਾਦਲ ਆ ਗਏ ਤੇ ਹੁਣ AAP ਇਨਸਾਫ਼ ਦੀ ਗੱਲ ਕਰਦੀਆਂ,
ਕਦੀ ਵੀ ਇਹਨਾਂ ਨੇ ਕਿਸੇ ਨੂੰ ਕੰਡੈਮ ਨਹੀਂ ਕੀਤਾ, ਕਦੀ ਵੀ ਕਿਸੇ ਨੇ ਇਹਨਾਂ ਨੂੰ ਇਹ ਨਹੀਂ ਕਿਹਾ ਵੀ ਜਿਹੜਾ ਲੱਖ ਸਵਾ ਲੱਖ ਸਿੰਘ ਸ਼ਹੀਦ ਹੋ ਗਏ ਆ ਜਿਹਨਾਂ ਪੁਲਿਸ ਵਾਲਿਆਂ ਨੇ ਕੀਤੇ ਆ, ਅਸੀਂ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਕਰਾਂਗੇ। ਇਹ ਹਮੇਸ਼ਾ ਜਿਹੜੇ ਲੋਕ ਆ ਦਿੱਲੀ ਦੀ ਗੱਲ ਕਰਕੇ ਆਪਾਂ ਕੋਲ ਵੋਟਾਂ ਮੰਗਣ ਆ ਜਾਂਦੇ ਆ। ਸੋ ਇਹ ਹੁਣ ਕੌਮ ਨੂੰ ਦੇਖਣਾ ਪੈਣਾ, ਇਹ ਕੌਮ ਨੂੰ ਅੱਖਾਂ ਖੋਲਣੀਆਂ ਪੈਣੀਆਂ। ਸੈਣੀ ਸਾਹਿਬ ਦੇ ਉਹਨਾਂ ਦੇ ਸਾਥੀਆਂ ਨੇ ਅੱਖਾਂ ਬੰਦ ਕੀਤੀਆਂ ਨਹੀਂ ਹੋਈਆਂ, ਪਰ ਕੌਮ ਦੀਆਂ ਅੱਖਾਂ ਜਿਹੜੀਆਂ ਹੁਣ ਖੁੱਲ ਜਾਣੀਆਂ ਚਾਹੀਦੀਆਂ ਕਿ ਜੇ ਆਜ਼ਾਦੀ ਦੀ ਗੱਲ ਕਰਨੀ ਆ, ਲੋਕਤੰਤਰ ਤਰੀਕੇ ਨਾਲ ਕਰਨੀ ਆ, ਤੇ ਤੁਹਾਨੂੰ ਰੈਫਰੈਂਡਮ ਦਾ ਜਿਹੜਾ ਕਨਸੈਪਟ ਹੈ ਜਿਹਦੇ ਨਾਲ ਦੁਨੀਆ 'ਚ ਦੇਸ਼ ਬਣਦੇ ਆ, ਉਹਦੇ ਉੱਤੇ ਪਹਿਰਾ ਦੇਣਾ ਪੈਣਾ। ਔਰ ਉਹਦੇ ਹੀ ਅੱਗੇ ਕਦਮ, ਅਗਲੇ ਸਟੈਪਸ ਜਿਹੜੇ ਆ ਆਪਾਂ ਮਾਰਚ 19 ਨੂੰ ਆਪਣੀ ਸਿੱਖ ਰੈਫਰੈਂਡਮ ਕਾਨਫਰੰਸ ਦੇ ਵਿੱਚ ਜਿਹੜੇ ਆ ਅੱਗੇ ਸਿੱਖ ਸੰਗਤ ਦੇ ਸਾਹਮਣੇ ਲੈ ਕੇ ਆਵਾਂਗੇ।